ਛੋਟੀ ਪਾਤਸ਼ਾਹ ਬਾਬਾ ਵਟਪਾਸੀ ਦਰਬਾਰ 'ਤੇ ਸ਼ਕਤਾਂ ਬਹੁਤ ਰੰਗ ਮਾਣਦੀਆਂ ਹਨ। ਬਾਬਾ ਜੀ ਤੋਂ ਖੁਸ਼ੀਆਂ ਲੈਂਦੀਆਂ ਪਈਆਂ, ਨੱਚ ਕੇ ਗਾ ਕੇ ਭੰਗੜੇ ਪਾਉਂਦੀਆਂ ਪਈਆਂ ਹਨ। ਛੋਟੀ ਪਾਤਸ਼ਾਹ ਬਾਬਾ ਵਟਪਾਸੀ ਦੇ ਦਰਬਾਰ 'ਤੇ ਅੱਜ ਪੁੰਨਿਆ ਦਾ ਦਿਨ ਹੈ। ਦੇਖੋ ਸੰਗਤਾਂ ਕਿੰਨੇ ਆਨੰਦ ਲੈ ਰਹੀਆਂ ਹਨ। ਅਸੀਂ ਆਪਣੇ ਸਭ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਬਾਬਾ ਜੀ ਦੇ ਜੋ ਪ੍ਰੋਗਰਾਮ ਦੇਖਦੇ ਹੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਲਾਇਕ ਕਰਿਆ ਕਰੋ। ਮੈਂ ਯੂਟਿਊਬ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜੋ ਅਸੀਂ ਪ੍ਰੋਗਰਾਮ ਦਿੰਦੇ ਹਾਂ ਬਿਲਕੁਲ ਸੱਚ ਅਤੇ ਸੱਚਾ ਪਿਆਰ ਪ੍ਰੋਗਰਾਮ ਦਿੰਦੇ ਹਾਂ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਯੂਟਿਊਬ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜੋ ਅਸੀਂ ਇਹ ਪ੍ਰੋਗਰਾਮ ਖਾਂਦੇ ਹਾਂ, ਡੇਰਾ ਬਾਬਾ ਵਟਭਾਗ ਸਿੰਘ ਜੀ ਜੋ ਹਿਮਾਚਲ ਵਿੱਚ ਮੌਜੂਦ ਹੈ, ਡਿਸਟ੍ਰਿਕਟ ਊਨਾ, ਡੇਰਾ ਬਾਬਾ ਵਟਭਾਗ ਸਿੰਘ ਜੀ ਦਾ ਪ੍ਰੋਗਰਾਮ ਹੈ, ਜੋ ਸੰਗਤਾਂ ਬਾਬਾ ਜੀ ਦੇ ਦਰ 'ਤੇ ਖੁਸ਼ੀਆਂ ਲੈ ਰਹੀਆਂ ਹਨ। ਅਰਦਾਸਾਂ ਕਰਕੇ ਸੰਗਤਾਂ ਬਾਬਾ ਜੀ ਦੇ ਦਰਬਾਰ ਤੋਂ ਖੁਸ਼ੀਆਂ ਲੈਂਦੀਆਂ ਪਈਆਂ ਹਨ। ਡੇਰਾ ਬਾਬਾ ਵਟਭਾਗ ਸਿੰਘ ਜੀ ਡਿਸਟ੍ਰਿਕਟ ਊਨਾ ਹਿਮਾਚਲ, ਉੱਥੇ ਸੰਗਤਾਂ ਆਨੰਦ ਮਾਣਦੀਆਂ ਪਈਆਂ। ਅੱਜ ਪੁੰਨਿਆ ਦਾ ਦਿਨ ਹੈ, ਸੰਗਤਾਂ ਬਹੁਤ ਬਹੁਤ ਆਨੰਦ ਮਾਣਦੀਆਂ ਪਈਆਂ ਹਨ। ਬਾਬਾ ਜੀ ਦੇ ਹੱਥ ਕੇ ਗਾ ਕੇ ਸ਼ਬਦ ਗਾਇਨ ਕਰਦੀਆਂ ਹਨ। ਯੂਟਿਊਬ ਵਾਲਿਆਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਉਹ ਜੋ ਪ੍ਰੋਗਰਾਮ ਚੱਲਦੇ ਪਏ ਹਨ, ਛੋਟੀ ਪਾਤਸ਼ਾਹ ਬਾਬਾ ਵਟਭਾਗ ਸਿੰਘ ਦੇ ਦਰਬਾਰ ਤੋਂ ਚੱਲਦੇ ਪਏ ਹਨ, ਜੋ ਅਸੀਂ ਪ੍ਰੋਗਰਾਮ ਵਿਖਾਉਂਦੇ ਹਾਂ, ਜੋ ਸੱਚਾ ਅਤੇ ਸੱਚਾ ਪਿਆ ਸੱਚਾ ਪ੍ਰੋਗਰਾਮ ਦਿਖਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.